ਸੌਦਾ ਸਾਧ ਫਰਲੋ ਤੇ ਬਾਹਰ ਹੈ, ਯੂਪੀ ਦੇ ਬਾਗਪਤ ਆਸ਼ਰਮ ਦੇ ਵਿੱਚ ਇਸ ਵੇਲੇ ਉਹਦਾ ਡੇਰਾ, ਔਰ ਦੂਜੇ ਪਾਸੇ ਸਿਆਸੀ ਕਾਟੋ ਕਲੇਸ਼ ਸ਼ੁਰੂ ਹੋ ਗਿਆ। ਇਹ ਸੁਭਾਵਿਕ ਸੀ ਹੋਣਾ, ਇੱਕ ਪਾਸੇ ਫਰਲੋ ਮਿਲੀ ਸੌਦਾ ਸਾਧ ਨੂੰ ਔਰ ਦੂਜੇ ਪਾਸੇ ਟੀਕਾ ਟਿੱਪਣੀ ਸ਼ੁਰੂ ਹੋ ਜਾਂਦੀ ਹੈ, ਜਵਾਬ ਸਵਾਲ ਇਸ ਤਰ੍ਹਾਂ ਦਾ ਆਗਾਜ਼ ਹੋ ਜਾਂਦਾ ਹੈ। ਅਤੇ ਉਸੇ ਵਿੱਚ ਹੁਣ ਸਿਆਸੀ ਲੀਡਰ ਉਲਝਦੇ ਨਜ਼ਰ ਆ ਰਹੇ ਨੇ, ਪਰ ਹੈਰਤ ਦੀ ਗੱਲ ਹੈ ਸਰਦਾਰ ਲੀਡਰ ਇੱਕ ਦੂਸਰੇ ਦੇ ਉੱਤੇ ਹਮਲਾਵਰ ਹੋਏ ਪ੍ਰਤੀਤ ਹੋ ਰਹੇ ਨੇ, ਸਿੱਖ ਲੀਡਰ ਇੱਕ ਦੂਸਰੇ ਦੇ ਉੱਤੇ ਹਮਲਾਵਰ ਹੋਏ ਪ੍ਰਤੀਤ ਹੋ ਰਹੇ ਨੇ। ਉਹਨਾਂ ਦੇ ਵਿੱਚੋਂ ਇੱਕ ਵੱਡੇ ਲੀਡਰ ਗੁਰਚਰਨ ਸਿੰਘ ਗਰੇਵਾਲ, ਪੰਥਕ ਲੀਡਰ ਨੇ, SGPC ਦੇ ਸਾਬਕਾ ਜਨਰਲ ਸਕੱਤਰ ਰਹਿ ਚੁੱਕੇ ਨੇ ਔਰ ਮੁੱਖ ਬੁਲਾਰੇ ਨੇ, ਉਹਨਾਂ ਦੇ ਵੱਲੋਂ ਸਿੱਧੀ ਟਿੱਪਣੀ ਕੀਤੀ ਗਈ ਹੈ ਭਾਜਪਾ ਦੇ ਉੱਤੇ। ਹਾਲਾਂਕਿ ਇੱਕ ਸਮਾਂ ਸੀ ਜਦੋਂ ਅਕਾਲੀ ਦਲ ਦੇ ਨੇੜਲੇ ਸਾਥੀ BJP ਦੇ ਉੱਤੇ ਉਂਗਲੀ ਨਹੀਂ ਸੀ ਚੱਕਦੇ ਹੁੰਦੇ, ਪਰ ਹੁਣ ਚੱਕਣ ਲੱਗੇ ਨੇ। ਸੁਭਾਵਿਕ ਹੈ, ਹੁਣ ਜਦੋਂ ਗੱਠਜੋੜ ਨਹੀਂ ਹੋਇਆ ਤਾਂ ਫਿਰ ਉਂਗਲੀ ਚੱਕਣੀ ਬਣਦੀ ਸੀ। ਖੈਰ, ਗੁਰਚਰਨ ਗਰੇਵਾਲ ਟਿੱਪਣੀ ਕਰਦੇ ਨੇ ਸੌਦਾ ਸਾਧ ਦੀ ਫਰਲੋ ਉੱਤੇ, ਕਾਨੂੰਨਾਂ ਨੂੰ ਲੈ ਕੇ ਕੰਪੈਰੀਜ਼ਨ ਕੀਤਾ ਜਾਂਦਾ ਸੌਦਾ ਸਾਧ ਵਿੱਚ ਅਤੇ ਬੰਦੀ ਸਿੰਘਾਂ ਵਿੱਚ, ਔਰ ਉਸ ਟਿੱਪਣੀ ਤੋਂ ਬਾਅਦ ਜਵਾਬ ਆਉਂਦਾ BJP ਲੀਡਰ ਹਰਜੀਤ ਸਿੰਘ ਗਰੇਵਾਲ ਦਾ। ਹਰਜੀਤ ਸਿੰਘ ਗਰੇਵਾਲ ਕਹਿੰਦੇ ਨੇ ਕਿ ਕਾਨੂੰਨੀ ਪੱਧਰ ਦੇ ਉੱਤੇ ਤਾਂ ਉਹਨਾਂ ਨੂੰ ਪੂਰਾ ਹੱਕ ਹੈ, ਫਿਰ ਇਹਦੇ ਵਿੱਚ ਕੋਈ ਪ੍ਰੋਬਲਮ ਕੀ ਹੈ ਕਿਸੇ ਨੂੰ? ਜੇ ਕਾਨੂੰਨੀ ਪੱਧਰ 'ਤੇ ਪੈਰੋਲ ਮਿਲਦੀ ਹੈ, ਪ੍ਰੋਬਲਮ ਕੀ ਹੈ ਕਿਸੇ ਨੂੰ? ਪਰ ਸਵਾਲ ਇਹ ਹੈ ਕਿ ਉਹਨਾਂ ਦੇ ਕਾਊਂਟਰ ਵਿੱਚ ਉਹ ਯੋਧੇ ਵੀ ਮੌਜੂਦ ਨੇ ਜਿਹੜੇ ਬੰਦੀ ਸਿੰਘ ਖਾਂਦੇ ਹੈ, ਉਹਨਾਂ ਨੂੰ ਤਾਂ ਕੋਈ ਪੈਰੋਲ ਨਹੀਂ ਮਿਲੀ। ਹਰਜੀਤ ਗਰੇਵਾਲ ਉਦੋਂ ਕਿਉਂ ਕੋਈ ਆਵਾਜ਼ ਨਹੀਂ ਚੁੱਕਦੇ, ਉਦੋਂ ਕਿਉਂ ਆਵਾਜ਼ ਦੱਬ ਜਾਂਦੀ ਹੈ BJP ਦੇ ਲੀਡਰਾਂ ਦੀ, ਉਹਨਾਂ BJP ਦੇ ਲੀਡਰਾਂ ਦੀ ਜਿਹੜੇ ਸਿੱਖ ਨੇ, ਕਿ ਬੰਦੀ ਸਿੰਘਾਂ ਵਾਸਤੇ ਕਾਨੂੰਨ ਵੱਖਰਾ, ਸੌਦਾ ਸਾਧ ਵਾਸਤੇ ਕਾਨੂੰਨ ਵੱਖਰਾ, ਕਿ ਬੰਦੀ ਸਿੰਘਾਂ ਦੀ ਵਾਰੀ ਪੈਰੋਲਾਂ ਫਰਲੋਆਂ ਚੇਤੇ ਨਹੀਂ ਆਉਂਦੀਆਂ, ਅਤੇ ਜਦੋਂ ਸੌਦਾ ਸਾਧ ਦੀ ਵਾਰੀ ਆਵੇ ਉਦੋਂ ਫਰਲੋਆਂ ਅਤੇ ਪੈਰੋਲਾਂ ਵੱਟ 'ਤੇ ਪਈਆਂ ਹੁੰਦੀਆਂ। ਸੌਦਾ ਸਾਧ ਨੂੰ ਫਰਲੋ ਮਿਲੇ ਉਹਦੇ ਸਮਰਥਨ ਵਿੱਚ, ਉਹਦੀ ਰਾਖੀ ਵਾਸਤੇ BJP ਦੀ ਸਰਕਾਰ ਦੇ ਜਿਹੜੇ ਲੀਡਰ ਨੇ ਉਹ ਹਿੱਕ ਡਾਹ ਕੇ ਖੜ ਜਾਂਦੇ ਨੇ, ਅਤੇ ਜੇ ਕੋਈ ਸਵਾਲ ਪੁੱਛ ਲਏ ਤਾਂ ਉਹਦੇ ਉੱਤੇ ਐਂ ਹਮਲਾਵਰ ਹੁੰਦੇ ਹੈ ਜਿਵੇਂ ਆਪ ਪ੍ਰਧਾਨ ਮੰਤਰੀ ਦੇ ਉੱਤੇ ਸਵਾਲ ਚੁੱਕ ਲਿਆ ਗਿਆ ਹੋਵੇ। ਖੈਰ, ਇਸ ਦੇ ਬਾਵਜੂਦ ਸੌਦਾ ਸਾਧ ਰੋਹਤਕ ਦੀ ਸੁਨਾਰੀਆ ਜੇਲ੍ਹ 'ਚੋਂ ਫਰਲੋ 'ਤੇ ਹੈ। ਫਰਲੋ ਦੇ ਬਾਅਦ ਉਹ ਪਹੁੰਚੇ ਬਾਗਪਤ ਆਸ਼ਰਮ ਜਿਹੜਾ UP ਦਾ, ਉੱਥੇ ਡੇਰੇ ਲੱਗੇ ਨੇ, ਪਰ ਦੂਜੇ ਪਾਸੇ ਸਵਾਲ ਉੱਠਣੇ ਲਾਜ਼ਮੀ ਸੀ। ਹੁਣ ਇਹ ਸਵਾਲ ਹਰ ਵਾਰ ਉਦੋਂ ਉੱਠਦੇ ਨੇ ਜਦੋਂ ਸੌਦਾ ਸਾਧ ਬਾਹਰ ਆਉਂਦਾ, ਪਰ ਅਸਲ ਸਵਾਲ ਇਹ ਹੈ ਕਿ ਇਹਨਾਂ ਹੀ ਇੱਕ ਦੋ ਸਵਾਲਾਂ ਨੂੰ ਘੜੀਸੀ ਜਾਂਦਾ ਹਰ ਕੋਈ, ਪਰ ਇਸ ਦੇ ਉੱਤੇ ਕੋਈ ਸਖ਼ਤ ਕਦਮ ਨਹੀਂ ਚੁੱਕਦਾ। SGPC ਭਾਵੇਂ ਹੁਣ ਕਹਿ ਸਕਦੀ ਹੈ ਕਿ ਭਾਈ ਅਸੀਂ ਤਾਂ ਕੋਰਟ ਤੱਕ ਗਏ ਸੀ ਪਰ ਕੋਰਟ ਨੇ ਹੀ ਸਾਨੂੰ ਮਨ੍ਹਾ ਕਰਤਾ, ਪਰ ਕੀ ਇਹਦੇ ਉੱਤੇ ਕਾਨੂੰਨੀ ਪੱਧਰ 'ਤੇ ਕੋਈ ਜੰਗ ਨਹੀਂ ਲੜੀ ਜਾ ਸਕਦੀ? ਜੇ ਅਸਲ ਦੇ ਵਿੱਚ ਉਹਨਾਂ ਸਵਾਲਾਂ ਦੇ ਵਿੱਚ ਦਮ ਹੈ ਬੰਦੀ ਸਿੰਘਾਂ ਨੂੰ ਜੇ ਸੌਦਾ ਸਾਧ ਨਾਲ ਕੰਪੇਅਰ ਕਰਦੇ ਹੋ, ਤਾਂ ਕੀ ਅਸਲ ਦੇ ਵਿੱਚ ਇੱਕ ਕਾਨੂੰਨੀ ਜੰਗ ਨਹੀਂ ਲੜੀ ਜਾ ਸਕਦੀ ਕਿ ਪੈਰੋਲਾਂ ਕਿਉਂ ਦਿੱਤੀਆਂ ਜਾਂਦੀਆਂ ਨੇ? ਪੈਰੋਲ ਖਾਸ ਕਰਕੇ ਜਾਂ ਫਰਲੋ ਖਾਸ ਕਰਕੇ ਉਸ ਵੇਲੇ ਜਦੋਂ ਚੋਣਾਂ ਨਜ਼ਦੀਕ ਹੁੰਦੀਆਂ ਨੇ ਉਦੋਂ ਹੀ ਕਿਉਂ ਚੇਤੇ ਆਉਂਦੀਆਂ ਨੇ? ਇੱਕ ਇੱਕ ਸਾਲ ਦੇ ਵਿੱਚ 40-40, 50-50 ਦਿਨ ਸੌਦਾ ਸਾਧ ਫਰਲੋਆਂ ਪੈਰੋਲਾਂ ਕੱਟ ਕੇ ਆਉਂਦਾ, ਪਰ ਬੰਦੀ ਸਿੰਘ ਲੰਘੇ 30 ਸਾਲਾਂ ਤੋਂ ਉਵੇਂ ਹੀ ਜੇਲ੍ਹਾਂ ਦੇ ਅੰਦਰ ਧੱਕੇ ਹੋਏ ਨੇ, ਬਾਹਰ ਕੱਢ ਕੇ ਕੋਈ ਰਾਜ਼ੀ ਨਹੀਂ। ਸਵਾਲ ਤਾਂ ਵਾਜਬ ਹੈ, ਪਰ ਇਹਨੂੰ ਪੁੱਛਿਆ ਕਿਵੇਂ ਜਾਣਾ ਚਾਹੀਦਾ, ਇਹਦਾ ਉੱਤਰ ਕਿਵੇਂ ਲਿਆ ਜਾਣਾ ਚਾਹੀਦਾ, ਇਹਦੇ ਉੱਤੇ ਥੋੜ੍ਹਾ ਵਿਚਾਰ ਵਿਮਰਸ਼ ਕਰਨ ਦੀ ਲੋੜ ਹੈ। ਪਰ ਆਖਿਰਕਾਰ ਅੰਤ ਦੇ ਵਿੱਚ ਸਵਾਲ
ਜਵਾਬ ਸਾਰੇ ਉੱਥੇ ਹੀ ਆ ਕੇ ਖੜ ਜਾਂਦੇ ਨੇ ਜਦੋਂ 15-20 ਦਿਨ ਹੋਣੇ ਨੇ ਸਿਆਸੀ ਕਾਟੋ ਕਲੇਸ਼ ਸਿਖਰਾਂ 'ਤੇ ਪਹੁੰਚਣਾ ਉਹਨੇ ਨੂੰ ਤਰੀਕ ਆ ਜਾਣੀ ਹੈ ਸੌਦਾ ਸਾਧ ਨੇ ਸੁਨਾਰੀਆ ਜੇਲ੍ਹ ਪਹੁੰਚ ਜਾਣਾ ਅਤੇ ਗੱਲ ਉੱਥੇ ਹੀ ਖੜੀ ਰਹਿ ਜਾਣੀ ਹੈ ਫਿਰ ਅੱਗੇ ਜਦੋਂ ਸੌਦਾ ਸਾਧ ਨੂੰ ਪੈਰੋਲ ਦਿੱਤੀ ਜਾਣੀ ਹੈ ਕਦੀ ਤਾਂ ਉਦੋਂ ਫਿਰ ਇਹ ਸਵਾਲ ਉੱਠਣੇ ਨੇ ਅਤੇ ਉਸੇ ਤਰ੍ਹਾਂ ਸਵਾਲ ਠੱਪ ਵੀ ਹੋ ਜਾਣੇ ਨੇ ਖੈਰ ਇਹਨਾਂ ਸਵਾਲਾਂ ਦੇ ਆਉਣ ਜਾਣ ਦੇ ਉੱਤੇ ਚਿੰਤਨ ਤਾਂ ਬਣਿਆ ਰਹੇਗਾ ਪਰ ਐਕਸ਼ਨ ਕਦੋਂ ਹੋਏਗਾ ਉਹਦੀ ਉਡੀਕ ਵੀ ਬਣੀ ਹੋਈ ਹੈ ਜੋ ਵੀ ਹੋਏਗਾ ਦੱਸਦੇ ਰਹਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ 'ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ